اللہ الرحمن الرحیم. السلام ਨਾਲੇ ਸਾਰਿਆਂ ਨੂੰ ਜੋ ਕਿ ਈਦ ਉਲ ਫਿਤਰ ਵਾਲੇ ਦਿਨ ਚਾਹ ਹੁੰਦਾ ਹੈ, ਨਵੇਂ ਕੱਪੜੇ ਪਾਉਣੇ ਨੇ, ਨਵੀਆਂ ਜੁੱਤੀਆਂ ਪਾਉਣੀਆਂ ਨੇ, ਅਤੇ ਉਹ ਜਿਹੜਾ ਸ਼ੌਕ ਸੀ ਉਹ ਕਿਸੇ ਹੱਦ ਤੱਕ ਹੁਣ ਬਹੁਤ ਘੱਟ ਗਿਆ. ਅੰਮੀ ਵੀ ਫੌਤ ਹੋਏ ਨੇ, 2-3 ਸਾਲ ਹੋ ਗਏ ਨੇ, ਅਤੇ ਉਸ ਤੋਂ ਬਾਅਦ ਜਿਹੜਾ ਦਿਲ ਨਾ ਉਹ ਇੱਕ ਸਾਲ ਤੱਕ ਪੁੱਜ ਗਿਆ. ਲੇਕਿਨ ਦੁਨੀਆਦਾਰੀ ਇਹ ਵਕਤ ਜਿਹੜਾ ਗੁਜ਼ਾਰਨਾ ਪੈਂਦਾ, ਅਤੇ ਉਹਦੇ ਵਾਸਤੇ ਜਿਹੜਾ ਉਹ ਰਲ ਮਿਲ ਕੇ ਸ਼ਾਪਿੰਗ ਕੀਤੀ ਅਸਾਂ, ਅਤੇ ਆਹ ਮੈਂ ਵੀ ਆਪਣਾ ਤੁਹਾਨੂੰ ਸੂਟ ਵਿਖਾ ਰਿਹਾ ਕਿ ਈਦ ਉਲ ਫਿਤਰ ਦਾ ਸੂਟ ਮੇਰਾ, ਅਤੇ ਨਾਲ ਮੇਰੀ ਜਿਹੜੀ ਚਾਇਸ ਸੀ, ਮੇਰੀ ਪਸੰਦ ਜਿਹੜੀ ਹੈ ਉਹ ਕੰਨਿਆਂ ਵਾਲੀ ਜੁੱਤੀ ਐਸ ਹਫਤਾ ਮੈਂ ਤੋਂ ਖਰੀਦੀ. ਅਤੇ ਮੈਂ ਕਿਹਾ ਚਲੋ ਦੁਨੀਆਦਾਰੀ ਦੇ ਨਾਲ ਆ ਗਿਆ ਸੀ ਵੀ ਨਵੀਂ ਜੁੱਤੀ ਦਾ ਨਵਾਂ ਸੂਟ ਪਾ ਕੇ ਅਤੇ ਈਦ ਦਾ ਦਿਨ ਗੁਜ਼ਾਰ ਲਿਆ. ਜੀ ਸਲਮਾਨ ਹਸਨ ਸਾਹਿਬ ਵੀ ਮਾਸ਼ਾਅੱਲਾ ਈਦ ਵਾਸਤੇ ਤਿਆਰ ਹੋ ਗਏ ਨੇ, ਹੁਣ ਹੀ ਜਾਗੇ ਨੇ, ਅਤੇ ਉੱਠ ਕੇ ਨਾ ਸੂਟ ਪਾਇਆ ਅਤੇ ਨਾਲ ਖੁੱਸਾ ਪਾਇਆ. ਇਹ ਤੁਸੀਂ ਵੇਖੋ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਪਿਆਰੇ ਨੇ, ਬਹੁਤ ਪਿਆਰੇ ਲੱਗ ਰਹੇ ਨੇ. ਕਿਉਂ ਜੀ ਕਾਕਾ ਪਾ ਰਹੇ ਹੋ? ਸਲਮਾਨ ਸਾਹਿਬ ਨੇ ਲੇਟੇ ਨੇ ਸਣੇ ਜੁੱਤੀ, ਆਕੜ ਕੇ ਪੈ ਨੇ. ਜੀ ਨਾਜ਼ਰੀਨ, ਈਦ ਦਾ ਦਿਨ ਜਿਹੜਾ ਸਾਰਾ ਉਹ 10-11 ਵਜੇ ਤੱਕ ਤਾਂ ਫਰੈਸ਼ ਹੀ ਰਹੇ ਹਾਂ, ਉਸ ਤੋਂ ਬਾਅਦ ਜਿਹੜਾ ਉਹ ਸਾਰਾ ਦਿਨ ਸੌਂ ਸੌਂ ਕੇ ਗੁਜ਼ਾਰ ਛੜਿਆ, ਅਤੇ ਈਦ ਗੁਜ਼ਰ ਗਈ ਹੈ ਮਾਸ਼ਾਅੱਲਾ, ਬੜੀ ਅੱਛੀ ਗੁਜ਼ਰ ਗਈ ਹੈ. ਕੋਈ ਸੰਗੀ ਬੇਲੀ ਜਿਹੜੇ ਨੇ ਉਹ ਮਿਲੇ ਨੇ. ਸ਼ਾਮ ਟਾਈਮ ਨਾਲ ਜਿਹੜਾ ਮੌਸਮ ਹੈ ਉਹ ਬੜਾ ਖੁਸ਼ਗਵਾਰ ਹੋ ਗਿਆ, ਬੜੇ ਬੱਦਲ ਜਿਹੜੇ ਨੇ ਤੁਸੀਂ ਦੇਖੋ ਇਹ ਸੈਡ ਤੋਂ ਵੀ ਜਿਹੜਾ ਉਹ ਕਾਲਾ ਸਿਆਹ ਬੱਦਲ ਹੈ, ਥੋੜ੍ਹੀਆਂ ਜਿਹੀਆਂ ਕਣੀਆਂ ਵੀ ਆਈਆਂ ਨੇ, ਹਨੇਰੀ ਵੀ ਆਈ ਹੈ, ਲੇਕਿਨ ਹੁਣ ਆ ਕੇ ਮੌਸਮ ਜਿਹੜਾ ਉਹ ਥੋੜ੍ਹਾ ਜਿਹਾ ਠੰਡਾ ਹੋ ਗਿਆ. ਅਜੇ ਵੀ ਜਿਹੜਾ ਬੱਦਲ ਜਿਹੜਾ ਉਹ ਛਾਇਆ, ਅਤੇ ਰਾਤ ਨੂੰ ਜਿਹੜਾ ਪ੍ਰੋਗਰਾਮ ਬਾਰਿਸ਼ ਦਾ ਬਣ ਸਕਦਾ, ਤੁਸੀਂ ਵੇਖ ਰਹੇ ਹੋ ਕਿ ਬਾਰਿਸ਼ ਹੋ ਵੀ ਸਕਦੀ ਹੈ. ਬੱਚੇ ਜਿਹੜੇ ਨੇ ਆਪਣੇ ਛੱਤ 'ਤੇ ਇੰਜੋਏ ਕਰ ਰਹੇ ਨੇ ਈਦ. ਅੱਜ ਬਹੁਤ ਜ਼ਿਆਦਾ ਰਸ਼ ਸੀ ਸਾਡੇ ਪਿੰਡ ਦੀਆਂ ਗਲੀਆਂ ਦੇ ਵਿੱਚ, ਅਤੇ ਸ਼ਾਮ ਹੋ ਗਈ ਹੈ. ਅਤੇ ਕੋਈ ਸੰਗੀ ਬੇਲੀ ਜਿਹੜੇ ਨੇ ਉਹ ਮਿਲਣ ਨਹੀਂ ਆਏ, ਨਾ ਹੀ ਅਸੀਂ ਕਿਧਰੇ ਜਾ ਸਕੇ ਹਾਂ, ਬਸ ਐਵੇਂ ਰਹਿ ਵੀ ਫਾਰਗ ਹੀ ਹਾਂ, ਅਤੇ ਸੌਂ ਸੌਂ ਕੇ ਜਿਹੜੀ ਉਹ ਈਦ ਗੁਜ਼ਾਰ ਛੜੀ. ਜੀ ਦੋਸਤੋ, ਈਦ ਉਲ ਫਿਤਰ ਗੁਜ਼ਰ ਗਈ, ਅੱਜ ਦਾ ਦਿਨ ਬੜਾ ਅੱਛਾ ਗੁਜ਼ਰਿਆ. ਕੁਝ ਯਾਰ ਦੋਸਤ ਵੀ ਮਿਲਣ ਵਾਸਤੇ ਆਏ, ਕਿਧਰੇ ਯਾਰਾਂ ਦੋਸਤਾਂ ਨੂੰ ਮਿਲਣ ਵਾਸਤੇ ਅਸੀਂ ਗਏ, ਅਤੇ ਕੁਝ ਵਕਤ ਜਿਹੜਾ ਉਹ ਸੌਂ ਕੇ ਗੁਜ਼ਾਰਿਆ. ਬਸ ਇਹ ਰੂਟੀਨ ਸੀ
ਤੇ ਤਕਰੀਬਨ ਹਰ ਸਾਲ ਹੀ ਜਿਹੜੀ ਹੈ ਉਹ ਇਹ ਰੂਟੀਨ ਹੁੰਦੀ ਹੈ ਕਿ ਘਰ ਹੀ ਈਦ ਜਿਹੜੀ ਉਹ ਗੁਜ਼ਰ ਜਾਂਦੀ ਹੈ। ਈਦ ਬੇਸਿਕਲੀ ਮਿਲਣ ਦਾ ਨਾਂ ਹੈ, ਖੁਸ਼ੀਆਂ ਦਾ ਨਾਂ ਹੈ, ਅਤੇ ਅੱਲਾਹ ਤਾਲਾ ਦੀ ਜ਼ਾਤ ਇਹ ਖੁਸ਼ੀਆਂ ਜਿਹੜੀਆਂ ਨੇ ਹਰ ਇੱਕ ਨੂੰ ਨਸੀਬ ਕਰੇ। ਹਰ ਇੱਕ ਦੇ ਮੁਕੱਦਰ 'ਚ ਈਦਾਂ ਜਿਹੜੀਆਂ ਨੇ ਉਹ ਖੁਸ਼ੀਆਂ ਨਾਲ ਗੁਜ਼ਾਰਨ ਦੀ, ਆਪਣਿਆਂ ਨਾਲ ਗੁਜ਼ਾਰਨ ਦੀ ਅੱਲਾਹ ਪਾਕ ਸਾਰਿਆਂ ਨੂੰ ਹਿੰਮਤ ਤਾਕਤ ਦੇ, ਅਤੇ ਜਿਹੜੇ ਰੁੱਸੇ ਨੇ ਉਹਨਾਂ ਨੂੰ ਮਨਾ ਲੈਣਾ ਚਾਹੀਦਾ, ਅਤੇ ਜਿਹੜੇ ਮੰਨੇ ਹੁੰਦੇ ਨੇ, ਜਿਹੜੇ ਨਾਲ ਹੁੰਦੇ ਨੇ ਉਹਨਾਂ ਨੂੰ, ਉਹਨਾਂ ਨਾਲ ਰਿਸ਼ਤਾ ਜਿਹੜਾ ਉਹ ਮਜ਼ਬੂਤ ਕਰਨ ਵਾਸਤੇ ਹੱਥੋਂ ਮਕਾਨ ਕੋਸ਼ਿਸ਼ ਕਰਨੀ ਚਾਹੀਦੀ ਇਨਸਾਨ ਨੂੰ, ਕਿਉਂਕਿ ਜ਼ਿੰਦਗੀ ਦਾ ਜਿਹੜਾ ਉਹ ਕੋਈ ਪਤਾ ਨਹੀਂ ਕਿ ਜਿਹੜਾ ਅਗਲੀ ਈਦ 'ਤੇ ਕਿਸੇ ਹੋਣਾ ਕਿਸੇ ਨਹੀਂ ਹੋਣਾ। ਜਿਹੜਾ ਇਹ ਵਕਤ ਅੱਛੇ ਤਰੀਕੇ ਨਾਲ, ਜਿੰਨਾ ਅੱਛੇ ਤਰੀਕੇ ਨਾਲ ਗੁਜ਼ਰੇ ਉਨਾ ਅੱਛੇ ਤਰੀਕੇ ਨਾਲ ਗੁਜ਼ਾਰਨਾ ਚਾਹੀਦਾ, ਅਤੇ ਇੱਕ ਦੂਜੇ ਵੱਲ ਆਉਣਾ ਜਾਣਾ ਚਾਹੀਦਾ, ਕਿਉਂਕਿ ਮਿੱਠੀ ਈਦ ਹੈ। ਮਿੱਠੀ ਈਦ ਤਾਂ ਹੀ ਹੁੰਦੀ ਹੈ, ਇੱਕ ਤਾਂ ਮੂੰਹ ਮਿੱਠਾ ਹੋਵੇ, ਅਤੇ ਮੂੰਹ ਮਿੱਠਾ ਕਰਨ ਤੋਂ ਬਾਅਦ ਆਪਣਿਆਂ ਨੂੰ ਮਿਲੇ ਬੰਦਾ, ਆਪਣਿਆਂ ਨਾਲ ਵਕਤ ਗੁਜ਼ਾਰੇ, ਬੱਚਿਆਂ 'ਚ ਵਕਤ ਗੁਜ਼ਾਰੇ, ਬਜ਼ੁਰਗਾਂ ਦੇ ਨਾਲ ਵਕਤ ਗੁਜ਼ਾਰੇ, ਅਤੇ ਇਹ ਹੀ ਇੱਕ ਯਾਦਗਿਰੀ ਹੁੰਦੀ ਹੈ। ਇਸ ਈਦ ਦਾ ਮਕਸਦ ਇਹ ਹੁੰਦਾ ਕਿ ਇੰਨੀ ਦੁਨੀਆ ਜਿਹੜੀ ਹੈ ਉਹ ਮਸਰੂਫ ਹੋ ਚੁੱਕੀ ਹੈ ਇਸ ਜਾਂਦੇ ਦੌਰ ਦੇ ਵਿੱਚ, ਅਤੇ ਬੰਦੇ ਕਿਸੇ ਕੋਲ ਟਾਈਮ ਹੀ ਕੋਈ ਨਹੀਂ ਕਿ ਕਿਸੇ ਦੇ ਨਾਲ ਜਿਹੜਾ ਉਹ ਝੱਟ ਬਹਿ ਕੇ ਗੱਪਸ਼ੱਪ ਕਰ ਸਕੇ। ਅਤੇ ਇਹ ਈਦ ਸਾਨੂੰ ਜਿਹੜੀ ਹੈ ਉਹ ਇੱਕ ਤਾਂ ਗਰੀਬਾਂ ਮਸਕੀਨਾਂ ਦੇ ਨਾਲ ਮੁਹੱਬਤ ਆਵਣ, ਉਹਨਾਂ ਦੀ ਮਦਦ ਕਰਨ ਦਾ ਜਿਹੜਾ ਉਹ ਦਰਸ ਦਿੰਦੀ ਹੈ ਕਿ ਅਸੀਂ ਉਹਨਾਂ ਨੂੰ ਵੀ ਆਪਣੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਕਰੀਏ, ਅਤੇ ਜਿਹੜੀਆਂ ਉਹਨਾਂ ਦੀਆਂ ਖੁਸ਼ੀਆਂ ਦੱਬੀਆਂ ਨੇ ਜਾਂਦੇ ਹਾਲਾਤ ਦੇ ਵਿੱਚ ਜਿਹੜੀਆਂ ਨੇ ਉਹ ਦੱਬ ਗਈਆਂ ਨੇ, ਕਿਉਂਕਿ ਪਾਕਿਸਤਾਨ ਦੇ ਅੰਦਰ ਜਿਹੜਾ ਉਹ ਹਾਲਾਤ ਬਹੁਤ ਸਖਤ ਨੇ, ਗੁਰਬਤ ਬਹੁਤ ਜ਼ਿਆਦਾ ਹੈ, ਮਹਿੰਗਾਈ ਬਹੁਤ ਜ਼ਿਆਦਾ ਹੈ, ਅਤੇ ਇਸ ਸਿਲਸਿਲੇ ਦੇ ਵਿੱਚ ਆ ਕੇ ਕੁਛ ਲੋਕ ਜਿਹੜੇ ਨੇ ਉਹ ਆਪਣੀਆਂ ਖੁਸ਼ੀਆਂ ਨਹੀਂ ਮਨਾਉਂਦੇ, ਅਤੇ ਉਹ ਖੁਸ਼ੀਆਂ ਜਿਹੜੀਆਂ ਨੇ ਇਸ ਵਾਸਤੇ ਨਹੀਂ ਮਨਾਉਂਦੇ ਕਿਉਂਕਿ ਉਹਨਾਂ ਕੋਲ ਜਿਹੜਾ ਉਸ ਉਹਨਾਂ ਖੁਸ਼ੀਆਂ ਨੂੰ ਮਨਾਉਣ ਵਾਸਤੇ ਇੰਨਾ ਸਰਮਾਇਆ ਨਹੀਂ ਹੁੰਦਾ, ਅਤੇ ਉਹ ਉਦਾਸ ਹੋ ਕੇ ਬੈਠ ਜਾਂਦੇ ਨੇ। ਉਹਨਾਂ ਲੋਕਾਂ ਨੂੰ ਨਾਲ ਲੈ ਕੇ ਟੁਰਨਾ ਚਾਹੀਦਾ, ਉਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਉਹਨਾਂ ਲੋਕਾਂ ਨਾਲ ਹੱਸਣਾ ਚਾਹੀਦਾ, ਉਹਨਾਂ ਨੂੰ ਹਸਾਉਣਾ ਚਾਹੀਦਾ ਕਿ ਉਹ ਵੀ ਜਿਹੜੇ ਨੇ ਉਹਨਾਂ ਦੀਆਂ ਖੁਸ਼ੀਆਂ ਕਿਧਰੇ ਦੱਬ ਕੇ ਦੱਬੀ ਨਾ ਜਾਣ, ਉਹਨਾਂ ਨੂੰ ਜ਼ੰਗ ਨਾ ਲੱਗ ਜਾਏ, ਉਹ ਲੋਕ ਜਿਹੜੇ ਨੇ ਉਹ ਕਿਸੇ ਗੱਲੋਂ ਵੀ ਪਿਛਾ ਨਾ ਰਹਿ ਜਾਣ। ਹਰ ਬੰਦੇ ਦੀ ਇਹ ਮੁਮਕਿਨ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹਰ ਬੰਦੇ ਨੂੰ ਨਾਲ ਲੈ ਕੇ ਟੁਰੇ, ਅਤੇ ਆਪਣਾ ਫਤਰਾਨਾ ਜਿਹੜਾ ਜਿਹੜੇ ਸਹੀ ਹੱਕਦਾਰ ਨੇ ਉਹਨਾਂ ਤੱਕ ਪਹੁੰਚਾਇਆ ਜਾਏ, ਤਾਂ ਕਿ ਉਹ ਵੀ ਆਪਣੀਆਂ ਜਿਹੜੀਆਂ ਖੁਸ਼ੀਆਂ ਨੇ ਈਦ ਦੀਆਂ ਉਹਨਾਂ ਨੂੰ ਮਨਾ ਸਕਣ। ਮੈਂ ਉਮੀਦ ਕਰਨਾ ਕਿ ਤੁਹਾਨੂੰ ਅੱਜ ਦੀ ਇਹ ਛੋਟੀ ਜਿਹੀ ਵੀਡੀਓ ਈਦ ਦੇ ਹਵਾਲੇ ਨਾਲ ਪਸੰਦ ਆਈ ਹੋਵੇਗੀ। ਪਸੰਦ ਆਵੇ ਤਾਂ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਇਹਦੇ ਨਾਲ ਹੀ ਬੀਕ ਸਾਬਰ ਸਾਬਰੀ ਨੂੰ ਇਜਾਜ਼ਤ ਦਿਓ। ਰੱਬ ਰੱਖ।